ਜੈ ਹਿੰਦ ਜੈ ਹਿੰਦ। ਕਿਵੇਂ ਮੁੰਡਿਓ, ਤਿਆਰੀ ਆ? ਫਿਰ ਬਾਅਦ ਜਨਾਬ 5 ਮਿੰਟ ਲੱਗਣਗੇ ਜੀ। ਅੱਛਾ, 5 ਮਿੰਟ ਲੱਗਦੇ ਆ? ਹਾਂਜੀ, ਚਲੋ ਫੋਰੋ ਖੰਡ ਖੁੰਡ ਕਰੋ ਤਿਆਰੀਆਂ ਫਿਰ। ਜੀ ਜਨਾਬ, ਮੈਂ ਸਭ ਨੂੰ ਫੋਨ ਕਰਨਾ ਹੈ। ਰਾਮ ਰਾਮ ਜਨਾਬ। ਰਾਮ ਰਾਮ ਲਾਲਾ ਜੀ, ਰਾਮ ਰਾਮ। ਕੀ ਲੈ ਕੇ ਆਇਆ ਜਨਾਬ? ਸਮਾਨ ਲੈ ਕੇ ਆਇਆ ਸ਼ਬੀਲ ਵਾਸਤੇ। ਅੱਛਾ, ਚਲੋ ਵੀ ਮੁੰਡਿਓ ਲਾ ਲਓ ਸਮਾਨ। ਕੀ ਗੱਲ ਲਾਲਾ, ਐਤਕੀ ਤਾਂ ਨੰਬਰ ਲੈ ਗਿਆ। ਨਹੀਂ, ਪਿਛਲੀ ਵਾਰਾਂ ਕੋ ਲੱਭ ਕੇ ਲਿਆਉਣਾ ਪੈਣਾ ਸੀ। ਜਨਾਬ ਕੀ ਦੱਸਾਂ, ਬੰਦੇ ਦੀ ਸੋ ਮਜਬੂਰੀਆਂ ਹੁੰਦੀਆਂ ਨੇ। ਜਨਾਬ ਸਾਹਿਬ ਨਜ਼ਰ ਨਹੀਂ ਆ ਰਹੇ। ਹਾਏ ਹਾਏ, ਬੜੀ ਯਾਦ ਆਉਂਦੀ ਆ ਸਾਹਿਬ ਦੀ। ਸ਼ੂਗਰ ਤਾਂ ਨਹੀਂ ਘੱਟ ਗਈ ਲਾਲਾ ਕਿਤੇ? ਹੈ, ਕੋਈ ਨਹੀਂ, ਮਿਲਾ ਦਿੰਦੇ ਆ, ਆਉਂਦੇ ਹੀ ਹੋਣੇ ਆ, ਮਿਲ ਕੇ ਜਾਈ। ਦੋਬਾ ਜਨਾਬ, ਆਪਾਂ ਸਾਹਿਬ ਤੋਂ ਅੰਬ ਲੈਣੇ ਨੇ। ਇੰਨਾ ਕਹਿ ਦਿਆ ਲਾਲਾ ਜੀ ਆਏ ਸੀਗੇ ਸਮਾਨ ਦੇ ਕੇ ਸ਼ਬੀਲ ਵਾਸਤੇ। ਕੋਈ ਨਹੀਂ ਕੋਈ ਨਹੀਂ, ਕਹਿ ਦਿਆਂਗੇ। ਚਲੋ ਮੁੰਡਿਆ, ਉਹ ਜਲ ਤਾਂ ਛੱਕ ਜਾ। ਹਾਂ ਵੀ ਮੁੰਡਿਓ, ਕੀ ਪੋਜੀਸ਼ਨ ਹੈ ਸ਼ਬੀਲ ਦੀ? ਜੈ ਹਿੰਦ ਜਨਾਬ। ਜੈ ਹਿੰਦ। ਕਿਵੇਂ ਤਿਆਰੀ ਹੈ? ਬਸ ਜਨਾਬ, 5 ਮਿੰਟ ਲੱਗਦੇ ਆ ਜੀ। ਵੇਖ ਲਾ ਸ਼ਮਸ਼ੇਰ ਸਿੰਘ, ਤੂੰ ਹੌਲਦਾਰ ਤੋਂ ਥਾਣੇਦਾਰ ਬਣ ਗਿਆ, ਪਰ ਮਹਿਕਮੇ ਦਾ ਹਾਲ ਉਸੇ ਦਾ ਉਸ ਆ। ਹਰੇਕ SSP ਨੂੰ ਹੁੰਦਾ ਕਿ ਮੈਂ ਕਿਵੇਂ ਨਾ ਕਿਵੇਂ ਸਰਕਾਰ ਦੇ ਲੋਕਾਂ ਮੂਹਰੇ ਨੰਬਰ ਬਣਾ। ਬੰਦਾ ਪੁੱਛੇ ਜੇ ਨੰਬਰ ਹੀ ਬਣਾਉਣੇ ਆ ਤਾਂ ਫਿਰ ਧੁੱਪ 'ਚ ਖੜਿਆ ਵੀ ਆਪ ਹੀ ਕਰੋ, ਗਲਾਸ 'ਤੇ ਜੱਗ ਲੈ ਕੇ। ਤੁਹਾਨੂੰ ਤਾਂ ਪਤਾ ਹੀ ਆ ਜਨਾਬ, ਆਹ ਸਕੀਮਾਂ ਬਣਦੀਆਂ ਤਾਂ AC ਕਮਰਿਆਂ 'ਚ, ਪਰ ਭੁਗਤਣੀਆਂ ਤਾਂ ਆਪਣੇ ਵਰਗੇ ਮਾਤੜਾਂ ਨੂੰ ਪੈਂਦੀਆਂ ਜਨਾਬ। ਸ਼ਬੀਲ ਤਿਆਰ ਆ ਜਨਾਬ, ਕਰੀਏ ਸ਼ੁਰੂ। ਹੋਰ ਆਪਾਂ ਕਿਸੇ ਤੋਂ ਮੂਰਤ ਕਢਾਉਣਾ? ਘੇਰੋ ਬੰਦੇ ਤੇ ਛਕਾਓ ਠੰਡਾ ਮਿੱਠਾ ਜਲ। ਹੈ ਲੈ ਆਉਂਦਾ ਜੀ ਆਪਣਾ ਪਹਿਲਾ ਗਾਗ। ਰੋਕੋ ਨੂੰ, ਰੋਕੋ ਰੋਕੋ, ਪਿਆਓ ਪਾਣੀ। ਲਾ ਸਾਈਕਲ ਸਾਈਡ ਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਬਾਈ, ਪਿਆਓ ਮੁੰਡਿਓ ਪਾਣੀ। ਆ ਬੁਰੀ ਚ ਕੀ ਲੱਦੀ ਫਿਰ ਤਾਂ, ਕਿਤੇ ਭੁੱਕੀ ਤਾਂ ਨਹੀਂ ਲੈ ਕੇ ਚੱਲਿਆ ਪਤੰਦਰਾ? ਹੈ ਭੁੱਕੀ ਕਿਉਂ ਸਰ, ਇਹ ਤਾਂ ਮੈਂ ਚੱਕੀ ਤੋਂ ਆਟਾ ਪਿਆ ਕੇ ਲਿਆਇਆ ਜੀ। ਮੈਂ ਇਸ ਪਿੰਡ ਦੇ ਸਰਕਾਰੀ ਸਕੂਲ ਦਾ ਮਾਸਟਰ ਹਾਂ ਜੀ। ਮਾਸਟਰ ਜੀ ਹੈ ਬਈ? ਮਾਸਟਰ ਜੀ, ਥੋੜ੍ਹੀ ਬਹੁਤਾ ਸ਼ਰਮ ਕਰੋ ਯਾਰ, ਅੱਜ ਵਰਕਿੰਗ ਡੇ ਹੈ, ਉੱਤੋਂ ਟਾਈਮ ਵੀ ਸਕੂਲ ਦਾ, ਤੁਸੀਂ ਫਰਲੋ ਮਾਰ ਕੇ ਘਰ ਦਾ ਹੀ ਕੰਮ ਕਰੀ ਜਾਂਦੇ ਹੋ। ਨਹੀਂ ਨਹੀਂ ਜਨਾਬ, ਘਰ ਦਾ ਕੰਮ ਨਹੀਂ ਜੀ, ਇਹ ਸਕੂਲ ਦਾ ਹੀ ਕੰਮ ਹੈ। ਇਹ ਆਟਾ ਸਕੂਲ ਦਾ ਹੀ ਹੈ ਜੀ, ਅੱਧੀ ਛੁੱਟੀ ਵੇਲੇ ਬੱਚਿਆਂ ਨੂੰ ਖਾਣਾ ਖਵਾਉਣਾ ਹੁੰਦਾ, ਇਹ ਮਿਡ ਡੇ ਮੀਲ ਦਾ ਹੀ ਆਟਾ ਜੀ। ਅੱਛਾ, ਮਾਸਟਰ ਜੀ ਆ ਝੋਲਿਆਂ 'ਚ ਕੀ ਲਈ ਫਿਰਦੇ ਹੋ? ਹੈਂ ਜਨਾਬ, ਇਹਦੇ 'ਚ ਕਿਹੜਾ ਮੈਂ ਬੰਬ ਗੋਲੇ ਪਾਈ ਫਿਰਦਾ ਜੀ, ਇਹਦੇ 'ਚ ਵੀ ਮਿਡ ਡੇ ਮੀਲ ਦਾ ਹੀ ਲੂਣ ਤੇਲ ਅਤੇ ਗੰਢਾ ਦੁੱਧ ਹੈ ਜੀ। ਅੱਜ ਸ਼ੁੱਕਰਵਾਰ ਹੈ ਜਨਾਬ, ਅੱਜ ਦੇ ਦਿਨ ਬੱਚਿਆਂ ਨੂੰ ਸਬਜ਼ੀ ਰੋਟੀ ਬਣਾ ਕੇ ਖਵਾਉਣੀ ਹੁੰਦੀ ਹੈ। ਉਹ ਸ਼ੇਰਿਆ, ਮੈਂ ਸਮਝਦਾ ਸੀ ਕਿਤੇ ਸਾਡਾ ਮਹਿਕਮਾ ਹੀ ਬੋਲਾ ਹੋਇਆ ਫਿਰਦਾ, ਉਹ ਮਾਸਟਰ ਵਾਲਾ ਕੰਮ ਤਾਂ ਸਾਡੇ ਤੋਂ ਵੀ ਲੰਘਿਆ ਪਿਆ। ਹੈ ਬੰਦਾ ਪੁੱਛੇ, ਮਾਸਟਰਾਂ ਦਾ ਕੰਮ ਪੜਾਉਣਾ ਹੁੰਦਾ ਕਿ ਲੰਗਰ ਲਾਉਣਾ? ਹੈ ਜਨਾਬ, ਇਹ ਤਾਂ ਹਜੇ ਕੁਝ ਵੀ ਨਹੀਂ, ਜੇ ਮੈਂ ਤੁਹਾਨੂੰ ਆਪਣੇ ਮਹਿਕਮੇ ਦੀਆਂ ਹੋਰ ਗੱਲਾਂ ਦੱਸਾਂ, ਤੁਸੀਂ ਤਾਂ ਸੁਪਨੇ 'ਚ ਵੀ ਕਦੇ ਮਾਸਟਰ ਲੱਗਣ ਬਾਰੇ ਨਾ ਸੋਚੋ। ਜਾਣਦੇ ਹੋ ਮਾਸਟਰ ਜੀ, ਇੰਨਾ ਬਣਾ ਲੈਂਦੇ ਮਹਿਕਮੇ, ਸਾਰਾ ਦਿਨ ਪੱਖੇ ਥੱਲੇ ਬੈਠੇ, ਮਹੀਨੇ ਮਗਰੋਂ ਅੱਧੇ ਲੱਖ ਨੂੰ ਤੁਸੀਂ ਥੁੱਕ ਲਾ ਜਾਂਦੇ ਹੋ, ਅਖੇ ਸਾਡਾ ਮਹਿਕਮਾ ਮਾੜਾ। ਕਿਹੜੇ ਸਤਿਯੁਗ ਦੀਆਂ ਗੱਲਾਂ ਕਰਦੇ ਹੋ ਜਨਾਬ, ਲੈਂਦੇ ਰਹੇ ਅਸੀਂ ਵੀ 2,50,000 ਮਹੀਨੇ ਦਾ ਕਿਸੇ ਟਾਈਮ, ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਜੀ, ਹੁਣ ਤੇ 15,000 ਹੀ ਮਿਲਦਾ। ਕੀ ਗੱਲ ਮਾਸਟਰ ਜੀ, ਹੁਣ ਕਿਹੜਾ ਮਾਲੀ ਲੱਗ ਗਏ ਹੋ, ਮਾਸਟਰੀ ਹੋ, ਤਨਖਾਹ ਕਿਵੇਂ ਘਟ ਗਈ ਫਿਰ? ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਓਂ ਵਿਛੜੇ ਨੀਰਾਂ ਦਾ। ਸ਼ੇਰਿਆ, ਮਾਸਟਰ ਨੂੰ ਸੱਟ ਕੋਈ ਡੂੰਘੀ ਲੱਗੀ ਲੱਗਦੀ, ਜਿਹੜਾ ਪਾਣੀ ਵੀ ਨਹੀਂ ਪੀ ਕੇ ਗਿਆ। ਹੈ ਉਹ, ਇਹ ਤਾਂ ਕੁਝ ਵੀ ਨਹੀਂ ਸ਼ੇਰਿਆ, ਜਿੱਥੇ ਮੈਂ ਪਿਛਲੇ ਥਾਣੇ 'ਚ SHO ਸੀ ਨਾ, ਉੱਥੇ SSP ਸਾਹਿਬ ਕਹਿੰਦੇ ਸ਼ਬੀਲ ਦੇ ਨਾਲ ਲੰਗਰ ਵੀ ਲਾਓ। ਓਏ ਹੋਏ ਭਰਾਵਾ, ਲਾਉਣਾ ਪਿਆ। ਲੈ ਕਿੱਡੀ ਲੰਮੀ ਉਮਰ ਹੈ, SSP ਸਾਹਿਬ ਦਾ ਫੋਨ, ਕਰੋ ਗੱਲ। ਜੈ ਹਿੰਦ ਸਰ। ਜੈ ਹਿੰਦ। ਸ਼ਬੀਲ ਲੱਗ ਗਈ? ਹਾਂਜੀ ਹਾਂਜੀ ਸਰ। ਕਦੋਂ ਸ਼ੁਰੂ ਕੀਤੀ? ਉਹ ਸਰ, ਉਹ ਤਾਂ ਅਸੀਂ ਸਵੇਰੇ ਸਵੇਰੇ ਸ਼ੁਰੂ ਕਰਤੀ ਸੀ। ਵੈਰੀ ਗੁੱਡ ਜੀ ਜੀ ਜੀ। ਦੇਖਿਓ ਕੋਈ ਕਸਰ ਨਾ ਰਹੇ ਸਰ, ਪੂਰੀ ਤੰਦੇ ਨਾਲ ਲੱਗੇ ਮੁੰਡੇ ਸਰ। ਸ਼ਾਬਾਸ਼ ਜੀ ਜੀ ਜੀ। ਉਹ ਸ਼ੇਰਾ ਵੀ ਨਾਲ ਹੈ? ਹਾਂਜੀ, ASI ਸ਼ਮਸ਼ੇਰ ਸਿੰਘ ਵੀ ਨਾਲ ਆ ਸਰ। ਕਿੰਨੇ ਬੰਦੇ ਪਾਣੀ ਪੀ ਗਏ? ਸਰ ਲਗਭਗ 50 ਕੁ ਬੰਦੇ ਪਾਣੀ ਪੀ ਗਏ। ਓਕੇ, ਉਹਨਾਂ ਚੋਂ ਕਿੰਨੇ ਬੰਦੇ ਤੇ ਕਿੰਨੀਆਂ ਔਰਤਾਂ ਸੀ? ਜਨਾਬ 33 ਕੁ ਬੰਦੇ ਹੋਣੇ ਆ, 17 ਔਰਤਾਂ। ਪੱਕਾ 50 ਬੰਦੇ ਹੀ ਹੈ? ਨੋਟ ਕਰ ਲਾਂ ਮੈਂ। ਜੀ ਸਰ, ਹਾਂਜੀ ਸਰ, 50। ਰਿਪੋਰਟ ਦਿੰਦੇ ਰਹੋ। ਜੀ ਸਰ, ਹਾਂ ਬਿਲਕੁਲ ਰਿਪੋਰਟ ਕਰਾਂਗੇ ਸਰ। ਓਕੇ ਸਰ, ਜੈ ਹਿੰਦ। ਜਨਾਬ ਬੰਦੇ ਤਾਂ ਸੁਬਹ ਦੇ ਆਏ ਆਪਣੇ ਕੋਲੇ 3, ਤੁਸੀਂ 50 ਕਹਿਤਾ ਸਾਹਿਬ ਨੂੰ। ਉਹ ਘਟਾ ਕੇ ਤਾਂ ਨਹੀਂ ਦੱਸੇ, ਵਧਾ ਕੇ ਦੱਸਿਆ, ਪੁਲਿਸ ਨੂੰ ਘਾਟਾ ਨਹੀਂ ਪੈਣ ਦੇਣਾ ਆਪਾਂ। ਹੈ ਲੈ ਉਹ ਕਾਰ ਆਉਂਦੀ, ਉਹ ਸੰਜੀਵ
ਰੋਕ ਕਰਨ ਰੁਕ 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 ਇਹਦੇ ਚ ਹੋਣਗੇ ਬੰਦੇ ਪੰਜ ਛੇ ਰੁਕ 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 ਓਏ ਲਾ ਕਾਰ ਸਾਈਡ ਤੇ ਚਲੋ ਨਿਕਲੋ ਬਾਹਰ ਪੀਓ ਪਾਣੀ ਚਲੋ ਆ ਜਾ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਪੀਓ ਪਾਣੀ ਜਨਾਬ ਸਾਨੂੰ ਜਾਣ ਦਿਓ ਅਸੀਂ ਸ਼ੋਅ ਤੋਂ ਲੇਟ ਹੋ ਰਹੇ ਹਾਂ ਤੁਹਾਨੂੰ ਮੈਂ ਇੱਥੇ ਹੀ ਨਾ ਵਿਖਾ ਦਿਆਂ ਸਿੰਬਾ ਬਣੀ ਵੀ ਜਨਾਬ ਅਸੀਂ ਫਿਲਮ ਦਾ ਸ਼ੋਅ ਥੋੜੀ ਵੇਖਣ ਚੱਲੇ ਹਾਂ ਅਸੀਂ ਤਾਂ ਸ਼ੋਅ ਲਾਉਣ ਚੱਲੇ ਹਾਂ ਭਾਜੀ ਹੋਰੀ ਗਾਇਕ ਨੇ ਗਾਇਕ ਕੀ ਨਾਂ ਹੋਏ ਤਰਗਵਈਏ ਦਾ ਜੀ ਤੁਸੀਂ ਸੁਣਿਆ ਨਹੀਂ ਨਾ ਐਡਾ ਨਾਂ ਚੱਲਦਾ ਪਿਆ ਭਾਜੀ ਦਾ ਇਲਾਕੇ ਚ ਤੁਸੀਂ ਨਾ ਹੀ ਨਾ ਪਤਾ ਤੁਹਾਨੂੰ ਪਿੰਦਾ ਭਗੌੜਾ ਜਨਾਬ ਪਿੰਦਾ ਭਗੌੜਾ ਪਿੰਦਾ ਭਗੌੜਾ ਪਿੰਦਾ ਬੋਲਦਾ ਵੀਰੇ ਵੀਰੇ ਬਾਈ ਬਣ ਕੇ ਬਾਈ ਬਣ ਕੇ ਇੱਕ ਵਾਰੀ ਗਣ ਦਾ ਮੌਕਾ ਦੇ ਦੇ ਚਾਹੇ ਦੂਜੀ ਵਾਰੀ ਮਾਈਕ ਖੋਲੀ ਬਾਈ ਵਾਹ ਵੀਰੇ ਮੈਂ ਆ ਗਿਆ 10 ਮਿੰਟਾਂ ਚ ਸਰ ਲੱਗਦਾ ਤੁਸੀਂ ਭਾਜੀ ਨੂੰ ਪਛਾਣਿਆ ਨੀ ਲੱਗਦਾ ਤੁਸੀਂ ਯੂਟਿਊਬ ਨੀ ਦੇਖੀ ਹੋਣੀ ਭਾਜੀ ਹੋਰਾਂ ਨੇ ਬੜੇ ਹਿੱਟ ਹਿੱਟ ਗਾਣੇ ਦਿੱਤੇ ਆ ਮੈਂ ਨਾ ਭਾਜੀ ਹੋਰਾਂ ਦਾ ਹਰੇਕ ਗਾਣਾ 50 ਮਿਲੀਅਨ ਟੱਪਿਆ ਪਿਆ ਮੈਂ ਨਾ ਐਡੇ ਹਿੱਟ ਗਾਣੇ ਆ ਨਾ ਮੈਂ ਨਾ ਬਈ ਪੁੱਛੋ ਹੀ ਨਾ ਪੂਰੇ ਹਿੱਟ ਨੇ ਇਲਾਕੇ ਚ ਪੂਰੇ ਹਿੱਟ ਉਹ ਨਾ ਹੀ ਇਹਦੀ ਕਦੇ ਬੂਥੀ ਵੇਖੀ ਹੋਏ ਨਾ ਮੈਂ ਇਹਦਾ ਕਦੇ ਕੋਈ ਗਾਣਾ ਸੁਣਿਆ ਇਹ ਕਿਹੜਾ ਹਿੱਟ ਆ ਕਿਤੇ ਮੱਛਰ ਮਾਰਨ ਵਾਲਾ ਤਾਂ ਨਹੀਂ ਆ ਕਾਲੇ ਕੱਛੇ ਵਾਲਾ ਨਾਲ ਕਿਵੇਂ ਲਈ ਫਿਰਦਾ ਹੋਏ ਜਨਾਬ ਇਹ ਸਾਡਾ ਬਾਉਂਸਰ ਸਾਡੀ ਸਿਕਿਉਰਿਟੀ ਹੈ ਸਿਕਿਉਰਿਟੀ ਉਹ ਸਿਕਿਉਰਿਟੀ ਨੂੰ ਇਹਨੂੰ ਕੀ ਖਤਰਾ ਇਹ ਕਿਹੜਾ ਕੋਈ ਮੰਤਰੀ ਸੰਤਰੀ ਆ ਵੀ ਇਹਨੂੰ ਕੋਈ ਠੋਕ ਜੂ ਜਿਹੜਾ ਨਾਲ ਸਿਕਿਉਰਿਟੀ ਲਈ ਫਿਰਦਾ ਓਹੋ ਜਨਾਬ ਖਤਰੇ ਕਰਕੇ ਥੋੜੀ ਰੱਖੀ ਦੇ ਆ ਇਹ ਤਾਂ ਉਹੀ ਅੱਜ ਕੱਲ ਫੈਸ਼ਨ ਆ ਨਾਲੇ ਗਵਈਏ ਦੇ ਹਿੱਟ ਹੁੰਦਾ ਹੀ ਪਤਾ ਉਹਦੇ ਬਾਉਂਸਰਾਂ ਤੋਂ ਲੱਗਦਾ ਜਿੰਨੇ ਜ਼ਿਆਦਾ ਬਾਉਂਸਰ ਤੇ ਓਨਾ ਵੱਡਾ ਗਵਈਆ ਕੀ ਖਿਆਲ ਹੈ ਜਨਾਬ ਵੇਖ ਲਾ ਸ਼ੇਰਿਆ ਕਿਹੋ ਜਿਹਾ ਟਾਈਮ ਆ ਗਿਆ ਪਹਿਲਾਂ ਗਾਉਣ ਵਾਲੇ ਨਾਲ ਗਾਉਣ ਵਾਲੀ ਤੇ ਜਾਂ ਸਾਜੀ ਹੁੰਦੇ ਸੀ ਤੇ ਹੁਣ ਆ ਬਾਉਂਸਰ ਆਪਦੇ ਗਵਈਏ ਦਾ ਕੋਈ ਹਿੱਟ ਗੀਤ ਹੀ ਸੁਣਾ ਦੇ ਸੁਣਾ ਦਿੰਦੇ ਜਨਾਬ ਆ ਤਾਂ ਫਿਰ ਤੁਸੀਂ ਪੱਕਾ ਹੀ ਸੁਣਿਆ ਹੋਣਾ ਧਿਆਨ ਨਾਲ ਸੁਣਿਓ ਜਨਾਬ ਮੈਂ ਨਾ ਹੋ ਜਾਓ ਸੈੱਟ ਚਲੋ ਵੀ ਮੁੰਡਿਓ ਉਹ ਮੈਂ ਹੀ ਆ ਜੀ ਉਹ ਤਾਂ ਬਸ ਵੈਸੇ ਹੀ ਉਹ ਕਿਹੜੇ ਕਿਹੜੇ ਵੇਲੀ ਦੱਸ ਕਦੋਂ ਠੋਕਣੇ ਉਹ ਯਾਰ ਤੇਰੇ ਬਿੱਲੋ ਨਵੀਂ ਤੋਪ ਲੈ ਲਈ ਏਠਾ ਨਾ ਭੂਤ ਨਹੀਂ ਦਿਆ ਤੋਪ ਦਾ ਲਸੰਸ ਕੀ ਤੋਂ ਬਣਾਇਆ ਉਹ ਸ਼ੇਰਿਆ ਠੋਕੇ ਨੂੰ ਸੁਣੇ ਘਰ ਅੰਦਰ ਵੱਡਾ ਜੋਧਾ ਅਕਬਰ ਉਹ ਜਨਾਬ ਇਹ ਤਾਂ ਜੀ ਗਾਣਾ ਬਸ ਉਹੀ ਮਨੋਰੰਜਨ ਲਈ ਜਨਾਬ ਤੁਸੀਂ ਤੋਪ ਦੀ ਗੱਲ ਕਰਦੇ ਹੋ ਸਾਡੇ ਕੋਲ ਤਾਂ ਇਸ ਟਾਈਮ ਤੋਪੇ ਲਵਾਉਣ ਜੋਗੇ ਪੈਸੇ ਨਹੀਂ ਭਾਜੀ ਹੋਰਾਂ ਦੀ ਪੌਣੀ ਪੈਂਟ ਦਿੜੀ ਪਈ ਆ ਤਾਂ ਹੀ ਤਾਂ ਉਹ ਗੱਡੀ ਚੋਂ ਬਾਹਰ ਨਹੀਂ ਨਿਕਲਦੇ ਪਏ ਚੱਲ ਆਪਦੇ ਭਾਜੀ ਦਾ ਕੋਈ ਹੋਰ ਹਿੱਟ ਗਾਣਾ ਸੁਣਾ ਦੇ ਸੁਣਾ ਦਿੰਦੇ ਆ ਜਨਾਬ ਆਹ ਤਾਂ ਫਿਰ ਤੁਸੀਂ ਪੱਕਾ ਹੀ ਸੁਣਿਆ ਹੋਣਾ ਮੈਂ ਨਾ ਆਹ ਤਾਂ ਗਾਣੇ ਨੇ ਪੂਰੀ ਧਮਾਲ ਪਾਈ ਪਈ ਜਨਾਬ ਪੂਰੀ ਧਮਾਲ ਲਓ ਸੁਣੋ ਫਿਰ ਸਾਡੀ ਲੈਂਬਰਗਿਨੀ ਵਿੱਚ ਲੈ ਕੇ ਝੂਟੇ ਬੱਲੀਏ ਨੀ ਉਹ ਅੱਜ ਕੱਲ ਕਿਹਦੀ ਪੋਰਸ਼ ਵਿੱਚ ਪਹਿਲਾ ਪਾਉਂਦੀ ਫਿਰਦੀ ਤੂੰ ਟਿੰਡਣ ਟਿੰਡਣ ਟਿੰਡ ਟਿੰ ਕੀ ਖਿਆਲ ਹੈ ਜਨਾਬ ਘੈਂਟ ਸੀ ਨਾ ਗਾਣਾ ਖਿਆਲ ਤਾਂ ਠੀਕ ਹੈ ਲੱਗਦਾ ਲੈਂਬਰਗਿਨੀ ਸਰਵਿਸ ਕਰਾਉਣੀ ਦਿੱਤੀ ਤੇਰੇ ਭਾਜੀ ਨੇ ਤਾਂ ਹੀ ਅੱਜ ਇਹਦੇ ਚ ਧੱਕੇ ਖਾਂਦੇ ਫਿਰਦੇ ਹੋ ਹੈ ਜਨਾਬ ਕਿਹੜੀ ਲੈਂਬਰਗਿਨੀ ਦੀ ਗੱਲ ਕਰਦੇ ਹੋ ਤੁਸੀਂ ਇਹ ਤਾਂ ਜੀ ਗਾਣਾ ਬਸ ਊ ਮਨੋਰੰਜਨ ਲਈ ਨਾਲੇ ਆ ਜਿਹੜੇ ਗਵਈਏ ਵੱਡੇ ਵੱਡੇ ਹਥਿਆਰਾਂ ਤੇ ਵੱਡੀਆਂ ਵੱਡੀਆਂ ਗੱਡੀਆਂ ਦੀਆਂ ਗੱਲਾਂ ਆਪਦੇ ਗਾਣਿਆਂ ਚ ਕਰਦੇ ਆ ਇਹਨਾਂ ਕੋਲ ਸੱਚਿਓ ਥੋੜੀ ਹੁੰਦਾ ਜਨਾਬ ਇਹ ਤਾਂ ਬਸ ਗਾਣੇ ਆ ਜੀ ਊ ਮਨੋਰੰਜਨ ਲਈ ਹੁਣੇ ਤੂੰ ਪਹਿਲਾਂ ਕਿ ਮੈਂ ਤੇਰੀ ਤੇਰੇ ਭਾਜੀ ਦੀ ਸਣੇ ਬਾਉਂਸਰ ਸਿਕਿਉਰਿਟੀ ਰੇਲ ਬਣਾ ਦਿਆਂ ਬਸ ਉਹੀ ਮਨੋਰੰਜਨ ਲਈ ਡੰਡੀ ਪੈ ਚੱਲ 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 ਤੂੰ ਚੱਲ ਉਹ ਜਲ ਛੱਕ ਕੇ ਜਾਈ ਜਨਾਬ ਗੁੱਸੇ ਕਾ ਧੋਨੇ ਹੋ ਹੈ ਲਿਓ ਪੀ ਲੈਂਦੇ ਆ ਤੁਹਾਡੀ ਛਬੀਲ ਦਾ ਪਾਣੀ ਆ ਨਾਲੇ ਥੋੜਾ ਜਿਹਾ ਇਹਦੇ ਚ ਪਾ ਦਿਆ ਜੋ ਗੱਲ ਸੁਣ ਆ ਛਬੀਲ ਅਸੀਂ ਨਾ ਪਾਣੀ ਪਿਆਉਣ ਨੂੰ ਲਾਈ ਆ ਆ ਬੋਤਲਾਂ ਤੇ ਡੋਲੂ ਭਰਨ ਨੂੰ ਨੀ ਤੁਸੀਂ ਗਲਤ ਸਮਝ ਲਿਆ ਜੀ ਇਹ ਤਾਂ ਜੀ ਸਾਡੀ ਗੱਡੀ ਥੋੜੀ ਜਿਹੀ ਚੱਲ ਕੇ ਨਾ ਗਰਮ ਹੋ ਜਾਂਦੀ ਆ ਪਾਣੀ ਉਹਦੇ ਚ ਪਾਉਣ ਲਈ ਰੱਖੀਦਾ ਸ਼ੇਰਿਆ ਇਸ ਗੱਲੋਂ ਕਹਿੰਦੇ ਲੈਂਬਰਗਿਨੀ ਦੀ ਮੌਜ ਆ ਬਈ ਕਹਿੰਦੇ ਗਰਮ ਨਹੀਂ ਹੁੰਦੀ ਉਹ ਭਾਵੇਂ ਬੰਦਾ ਚਾਰ ਚਾਰ ਛਿਓ ਲਾ ਲੇ ਹੈ ਉਹ ਤੁਰ ਜਾ ਕਿ ਤੇਰਾ ਹੁਣ ਅਸੀਂ ਰੇਡੀਏਟਰ ਠੰਡਾ ਕਰੀਏ ਚੱਲ ਤੁਰਦਾ ਫਿਰਦਾ ਨਜ਼ਰਾ ਚੱਲ ਚੱਲ ਯਾਰ ਤੇਰੇ ਬਿੱਲੋ ਹੁਣ ਤੋਪ ਲੈ ਲਈ ਚਲੋ ਚਲੋ ਲਵਾਓ ਚੱਲ ਕੇ ਤੋਪੇ ਹੁਣ
ਲੈ ਸ਼ੇਰਿਆ ਆ ਇੱਕ ਹੋਰ ਸ਼ਹਾਦਤ ਦਾ ਮੈਸੇਜ ਆ ਗਿਆ। ਮੈਨੂੰ ਲੱਗਦਾ ਗਰਮੀ 'ਚ ਮੈਂ ਸ਼ਹਾਦਤਾਂ ਦਿੰਦਿਆਂ ਦਿੰਦਿਆਂ ਸ਼ਹੀਦ ਹੋ ਜਾਣਾ ਅਤੇ ਬਾਅਦ 'ਚ ਤੁਹਾਨੂੰ ਮੇਰੀ ਯਾਦ 'ਚ ਇੱਕ ਹੋਰ ਛਬੀਲ ਲਾਉਣੀ ਪੈਣੀ ਹੈ। ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ। ਕੋਈ ਨਾ ਦੱਬਦੇ ਆ ਤੇਰੇ ਯਾਰ ਨੂੰ। ਵਿਹਲੀ ਰਨ ਪ੍ਰਾਹੁਣਿਆਂ ਜੋਗੀ। ਲਾਸਟ ਸਟੈਂਡ ਪੀ ਪਾਣੀ। ਓਏ ਰੁਕ 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 ਇਧਰ ਇਧਰ। ਤੈਨੂੰ ਯਾਰ ਮੈਂ ਪਹਿਲਾਂ ਵੀ ਕਿਤੇ ਵੇਖਿਆ। ਕੀ ਨਾਂ ਤੇਰਾ, ਪਿੰਡ ਕਿਹੜਾ ਤੇਰਾ? ਜੀ ਉਹ ਮੈਂ ਨਾ ਜੀ। ਹਾਂ ਜਨਾਬ ਇਹ ਤਾਂ ਉਹੀ ਆ ਜੀ, ਪਛਾਣਿਆ ਨੀ ਤੁਸੀਂ? ਕੌਣ? ਦੂਰ ਦੀ ਕਜ਼ਨ ਵਾਲਾ। ਅੱਛਾ ਅੱਛਾ ਅੱਛਾ, ਮੈਂ ਵੀ ਆਖਾਂ ਪੁਲਿਸ ਦੀ ਆਖਾਂ ਕਿਵੇਂ ਧੋਖਾ ਖਾ ਸਕਦੀਆਂ। ਆ ਨਾਲ ਕੌਣ ਆ ਤੇਰੇ? ਹੁਣ ਇਹ ਨਾ ਕਹਿ ਦੀ ਵੀ ਇਹ ਵੀ ਤੇਰੀ ਦੂਰ ਦੀ ਕਜ਼ਨ ਲੱਗਦੀ ਹੈ। ਹੌਲੀ ਬੋਲੋ ਜਨਾਬ, ਮੇਰੀ ਦੂਰ ਦੀ ਕਜ਼ਨ ਨੀ, ਨੇੜੇ ਦੀ ਘਰਵਾਲੀ ਹੈ ਜੀ। ਸਾਲ ਕੁ ਪਹਿਲਾਂ ਹੀ ਵਿਆਹ ਹੋਇਆ ਜੀ। ਲੈ ਵੀ ਫਿਰ ਤਾਂ ਬਣ ਗਈ ਪਾਰਟੀ। ਉਹ ਲਿਆਓ ਮੁੰਡੋ ਪਿਓ ਪਾਣੀ ਇਹਨੂੰ। ਹੁਣ ਇਹ ਨਾ ਕਹਿ ਦੀ ਵੀ ਇਹਦੇ ਨਾਲ ਕਾਪਾ ਚੀਨੋ ਪੀ ਕੇ ਆਇਆ। ਹੁਣ ਕਾਪਾ ਚੀਨੋ ਕਿੱਥੋਂ ਜਨਾਬ, ਹੁਣ ਤਾਂ ਚੀਨੀ ਦੇ ਕੱਪ ਲੈਣ ਜੋਗੇ ਵੀ ਪੈਸੇ ਹੈ। ਮੁੰਡਾ ਸੱਤ ਪਤਨਾ ਦਾ ਸੀ ਤਾਰੂ, ਦੱਬ ਲਿਆ ਕਬੀਲਦਾਰੀ ਨੇ। ਤੇਰੀ ਬੱਕੀ ਕਿੱਥੇ ਆਈ? ਮੇਰਾ ਮਤਲਬ ਮੋਟਰਸਾਈਕਲ, ਸਮਝ ਲਓ ਜਨਾਬ ਮੋਟਰ ਨੂੰ ਵੀ ਵਿਆਹ ਹੀ ਖਾ ਗਿਆ, ਹੁਣ ਤਾਂ ਸਾਈਕਲ ਹੀ ਬਚਿਆ। ਸ਼ੇਰਿਆ ਇਸੇ ਲਈ ਕਹਿੰਦੇ ਆ ਵੀ ਆਸ਼ਕੀ ਵੀ ਨਾ ਆਪਦੇ ਪੈਰਾਂ ਸਿਰ ਹੋ ਕੇ ਕਰਨੀ ਚਾਹੀਦੀ ਹੈ। ਨਹੀਂ ਤੇ ਵਿਆਹ ਤੋਂ ਮਗਰੋਂ ਆ ਬਿਨਾਂ ਮੋਟਰ ਤੋਂ ਕੱਲਾ ਸਾਈਕਲ ਹੀ ਰਹਿ ਜਾਂਦਾ। ਆ ਜਾ ਚਲੀਏ, ਆਪਾਂ ਲੇਟ ਹੋ ਜਾਂਦੇ ਆ। ਜਾ ਚਲਾ ਜਾ ਭਰਾਵਾ, ਹੁਣ ਤੇਰੇ ਤੋਂ ਪਾਰਟੀ ਕਾਹਦੀ ਲਈ, ਤੇਰੇ ਤੇ ਤਾਂ ਹੁਣ ਤਰਸ ਹੀ ਕਰ ਸਕਦੇ ਹੈ। ਚਲੋ ਓ ਹਲਾ, ਆ ਗਲਾਸ ਤਾਂ ਸਾਡਾ ਮੋੜ ਜਾ ਕਿ ਭਾਂਡੇ ਵੀ ਪੁਲਿਸ ਦੇ ਪੱਲੇ ਬਣਾਉਣੇ ਹੁਣ ਹੈ। ਚਲੋ ਚਲੋ ਨਿਕਲੋ, ਲੋ ਲੋ ਨਿਕਲ ਜਾਓ। ਕਾਪਾ ਚੀਨੋ ਹੈ ਉਹ ਜਾਂਦਾ ਹੀ ਆਠੇ ਪਾਉਂਦਾ। ਉਹ ਸ਼ਰਮ ਕਰ ਸ਼ੇਰਿਆ, 2 ਮਹੀਨੇ ਹੋ ਗਏ ਤੈਨੂੰ ਥਾਣੇਦਾਰ ਬਣੇ ਨੇ, ਅਜੇ ਤੱਕ ਪਾਰਟੀ ਨਹੀਂ ਦਿੱਤੀ। ਉਹ ਕਰਦੇ ਹੋ ਕੰਜੂਸਾ ਪਾਰਟੀ ਕਰਦੇ ਕਿਉਂ ਬਈ? ਜਿਹੜਾ ਪਾਰਟੀ ਤਾਂ ਬਣਦੀ ਹੈ ਜੀ। ਹੋਰ ਕੀ ਯਾਰ, ਕਾਹਦੀ ਬਣਦੀ ਆ ਯਾਰ? ਛਪਾਈ ਸੀ ਬੜਾ ਸੌਖਾ ਸੀ, ਹਵਾਲਦਾਰ ਬਣ ਕੇ ਦੁਖੀ ਹੋਇਆ। ਆ ਜਦੋਂ ਦਾ ਐਸ ਆਈ ਬਣਿਆ ਨਾ, ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਅਤੇ ਬੜਾ ਦੁਖੀ ਹੋਇਆ ਪਿਆ ਮੈਂ। ਮੈਂ ਕਦੇ ਕਦੇ ਸੋਚਦਾ ਸਭ ਤੋਂ ਜ਼ਿਆਦਾ ਦੁਖੀ ਤਾਂ ਐਸ ਐਸ ਪੀ ਸਾਹਿਬ ਹੋਣਗੇ। ਮੈਂ ਤਾਂ ਇਹ ਸੋਚਦਾ ਤਰੱਕੀ ਨਹੀਂ ਲੈਣੀ ਹੁਣ ਤੱਕ। ਐਸ ਐਸ ਪੀ ਸਾਹਿਬ ਕਾਹਦੇ ਦੁਖੀ ਵੀ? ਅਗਲੇ ਪ੍ਰਧਾਨ ਆ, ਪੂਰੇ ਜ਼ਿਲ੍ਹੇ ਦੇ ਪ੍ਰਧਾਨ। ਮਾਰ ਲਿਆ ਸਾਡੇ ਦੇਸ਼ ਨੂੰ ਪ੍ਰਧਾਨ, ਜਿੱਧਰ ਵੇਖੋ ਪ੍ਰਧਾਨ, ਜਿਹਨੂੰ ਵੇਖੋ ਪ੍ਰਧਾਨ, ਪ੍ਰਧਾਨ ਪ੍ਰਧਾਨ ਪ੍ਰਧਾਨ, ਜਿਹਨੂੰ ਕੁੱਤੀ ਨਹੀਂ ਪੁੱਛਦੀ ਉਹ ਵੀ ਪ੍ਰਧਾਨ। ਨਾ ਪ੍ਰਧਾਨ ਜੀ ਆ ਗਏ। ਓਏ ਜਾ, ਤੂੰ ਤਾਂ ਡਰਾ ਹੀ ਦਿੱਤਾ। ਓਏ ਕਹਦਾ ਪ੍ਰਧਾਨ, ਇਹ ਤਾਂ ਕੋਈ ਲੰਡੂ ਪ੍ਰਧਾਨ ਲੱਗਦਾ। ਕੋਈ ਨੀ ਵੇਨੇ ਫਿਰ ਕਿਹੜੇ ਗਲੀ ਮਹੱਲੇ ਦਾ ਪ੍ਰਧਾਨ ਹੈ। ਓ ਸੰਜੀਵ ਕਿਹੜੇ ਪ੍ਰਧਾਨ ਓਏ, ਕਿਹੜੇ ਕਰੋ ਕਰੋ ਕਰੋ, ਰੁਕ 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 ਓਏ ਰੁਕ ਰੁਕ ਰੁਕ, ਲਾ ਕਾਰ ਸਾਈਡ ਤੇ। ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ। ਪਿਆਓ ਮੁੰਡਿਓ ਪ੍ਰਧਾਨ ਜੀ ਨੂੰ ਪਾਣੀ। ਸੇਵਾ ਤਾਂ ਦੱਸਾਂਗੇ, ਪਹਿਲਾਂ ਸਾਨੂੰ ਇਹ ਦੱਸੋ ਵੀ ਆਪ ਜੀ ਪ੍ਰਧਾਨ ਕਿਸ ਚੀਜ਼ ਦੇ ਹੋ। ਉਹ ਜਨਾਬ ਜੀ, ਅਸੀਂ ਨਾ ਆਪਦੇ ਪਿੰਡ ਦੁਪਹਿਰੇ ਤਾਸ਼ ਖੇਡਦੇ ਹਾਂ ਜੀ, ਤੇ ਬੰਦੇ ਬਾਬਾ ਹੋਣ ਕਰਕੇ ਅਸੀਂ ਸੋਚਿਆ ਕਲੱਬ ਬਣਾ ਲਈਏ। ਤੇ ਜਨਾਬ ਜੀ ਮੈਨੂੰ ਪੂਰੀ ਉਮੀਦ ਆ ਜੇ ਕਲੱਬ ਬਣ ਗਿਆ ਤੇ ਪ੍ਰਧਾਨ ਉਹ ਮੈਨੂੰ ਹੀ ਬਣਾਉਣਗੇ ਜੀ। ਅੱਛਾ ਅੱਛਾ ਅੱਛਾ, ਯਾਨੀ ਕਿ ਜਨਾਬ ਹੋਰੀ ਕਮਿੰਗ ਸੂਨ ਪ੍ਰਧਾਨ। ਬਸ ਜੀ ਪਿਆਰੀ ਵਾਲਾ ਕਰਦੇ ਆ ਜੀ। ਜਨਾਬ ਮੈਂ ਵੀ ਇੱਕ ਗੱਲ ਸੋਚ ਲਈ,
ਜੇ ਉਹਨਾਂ ਨੇ ਮੈਨੂੰ ਪ੍ਰਧਾਨ ਬਣਨ ਲਈ ਕਿਹਾ ਤੇ ਮੈਂ ਵੀ ਉਹਨਾਂ ਦਾ ਮਾਣ ਨਹੀਂ ਤੋੜਨਾ। ਤੁਹਾਨੂੰ ਵੀ ਨਹੀਂ ਇੱਕ ਗੱਲ ਪਤਾ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ। ਭੂਤ ਨਹੀਂ ਦਿਆ, ਤੈਨੂੰ ਕੀ ਲੱਗਦਾ ਸਾਨੂੰ ਤੇਰੀ ਪਛਾਣ ਨਹੀਂ ਆਉਣੀ? ਆ ਢਿੱਡ ਤੇ ਹਲਕਿਆਂ ਵਾਂਗੂ ਪਾਣੀ ਪੀਣ ਵਾਲਾ ਬੰਦਾ, ਉਹਨੂੰ ਅਸੀਂ ਕਿਵੇਂ ਭੁੱਲ ਜਾਂਗੇ? ਉਦਨ ਸਕੂਟਰੀ ਤੇ ਤੂੰ ਤਿੰਨ ਤਿੰਨ ਬੰਦੇ ਲੱਤੀ ਫਿਰਦਾ ਸੀ, ਆ ਕਵਾੜ ਚ ਤੇਰੇ ਨਾਲ ਬੰਦਾ ਬਹਿ ਕੇ ਕੋਈ ਰਾਜੀ ਨਹੀਂ। ਤੂੰ ਪ੍ਰਧਾਨ ਚਿੱਕੂ ਦਾ, ਮੇਰਾ ਬਸ ਚੱਲੇ ਤੇਰੇ ਤੇ ਪ੍ਰਧਾਨ ਸ਼ਬਦ ਦੀ ਬੇਅਦਬੀ ਦਾ ਕੇਸ ਠੋਕ ਦਿਆਂ। ਉਹ ਸੰਜੀਵ ਲਾ ਦੀ ਗੱਡੀ ਸੈਟ ਕਰ ਇਹਦਾ ਚਲਾਣ। ਜਨਾਬ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ, ਜਨਾਬ ਰੋਕੋ ਉਹਨੂੰ। ਕੀ ਰੋਕ ਲਈਏ ਉਹਨੂੰ ਓਏ? ਓਡੀ ਤੇਰੀ ਗੱਡੀ ਨਹੀਂ ਜਿੱਡੀ ਪ੍ਰਧਾਨ ਦੀ ਤਖਤੀ ਠੋਕੀ ਫਿਰਦਾ, ਜਿੱਡਾ ਇਹ ਤਖਤੀ ਦਾ ਭਾਰ ਇਹਦੇ ਹਿਸਾਬ ਨਾਲ ਤਾਂ ਗੱਡੀ ਤੇਲ ਹੀ ਬੜਾ ਖਾਂਦੀ ਹੋਣੀ ਹੈ। ਜਨਾਬ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਜੀ। ਕੀ ਗੱਲ ਸੁਣੀ ਹੈ ਤੇਰੀ? ਓਏ ਪ੍ਰਧਾਨ ਉਹਨਾਂ ਨੇ ਪਤਾ ਨਹੀਂ ਤੈਨੂੰ ਬਣਾਉਣਾ ਹੈ ਕਿ ਨਹੀਂ ਬਣਾਉਣਾ, ਉੱਤੋਂ ਤੂੰ 6 ਗਲਾਸ ਸਾਡਾ ਪਾਣੀ ਸੜਾ ਗਿਆ, ਤੈਨੂੰ ਤਾਂ ਪੁੱਤ ਗੰਦੀਆਂ ਗਾਲਾਂ ਕੱਢਣ ਨੂੰ ਜੀ ਕਰਦਾ, ਤੂੰ ਕਹਿੰਦਾ ਤੇਰੀ ਗੱਲ ਸੁਣੀ ਓਏ। ਜਨਾਬ ਇਹ ਨਹੀਂ ਸਟਾਰਟ ਹੋ ਰਹੀ ਜੀ, ਮੈਨੂੰ ਲੱਗਦਾ ਬੈਟਰੀ ਖਤਮ ਹੈ ਇਹਦੀ। ਜਨਾਬ ਤੁਸੀਂ ਮੇਰੀ ਗੱਲ ਹੀ ਨਹੀਂ ਸੁਣ ਰਹੇ, ਇਹੀ ਤਾਂ ਮੈਂ ਕਹਿਣਾ ਚਾਹੁੰਦਾ ਜੀ, ਇਹਦੀ ਬੈਟਰੀ ਮੁੱਕੀ ਹੋਈ ਆ, ਇਹਦਾ ਧੱਕੇ ਨਾਲ ਸਟਾਰਟ ਹੋਊ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਿੰਦਰ ਭੁੱਲਰ। ਸੋ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡੀ ਸਕਿੱਟ ਪੁਲਿਸ ਦੀ ਛਬੀਲ 2? ਸੋ ਪੁਲਿਸ ਦੀ ਛਬੀਲ 1 ਨੂੰ ਵੀ ਤੁਸੀਂ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ ਸੀ, ਜੇਕਰ ਤੁਸੀਂ ਅਜੇ ਤੱਕ ਨਹੀਂ ਵੇਖੀ ਤਾਂ ਤੁਸੀਂ ਜਾ ਕੇ ਡਿਸਕ੍ਰਿਪਸ਼ਨ ਲਿਸਟ ਦੇ ਵਿੱਚ ਦੇਖ ਸਕਦੇ ਹੋ, ਉਹਦਾ ਲਿੰਕ ਅਸੀਂ ਪਾਇਆ ਹੋਇਆ। ਸੋ ਉੱਥੇ ਜਾ ਕੇ ਕਲਿੱਕ ਕਰੋ, ਪੁਲਿਸ ਦੀ ਛਬੀਲ 1 ਵੀ ਦੇਖੋ, ਬਹੁਤ ਹਸਾ ਹਸਾ ਕੇ ਰਿਪੋਰਟ ਕਰਨ ਵਾਲੀ ਸਕਿੱਟ ਹੈ। ਪੁਲਿਸ ਦੀ ਛਬੀਲ 2 ਇਹ ਤੁਸੀਂ ਦੇਖ ਚੁੱਕੇ ਹੋ, 3, 4, 5 ਅੱਗੇ ਲੈ ਕੇ ਹਾਜ਼ਰ ਹੋਵਾਂਗੇ। ਸੋ ਤੁਸੀਂ ਇੱਕ ਕੰਮ ਜ਼ਰੂਰ ਕਰ ਦਿਓ ਕਿਰਪਾ ਕਰਕੇ, ਤਾਂ ਕਿ ਇਨ ਫਿਊਚਰ ਤੁਹਾਨੂੰ ਸਾਰੇ ਕੋਮੇਡੀ ਸਕਿੱਟਸ, ਵੀਡੀਓਜ਼ ਐਂਡ ਸਾਰਾ ਕੁਛ ਤੁਹਾਨੂੰ ਮਿਲਦਾ ਰਹੇ। ਉਹਦੇ ਵਾਸਤੇ ਨਿੱਕਾ ਜਿਹਾ ਸਟੈਪ ਆ ਕਿ ਚੈਨਲ ਸਬਸਕ੍ਰਾਈਬ ਕਰਨਾ ਅਤੇ ਨਾਲ ਬੈੱਲ ਆਈਕਨ ਨੂੰ ਜ਼ਰੂਰ। ਸੋ ਨਵੇਂ ਨਵੇਂ ਵੀਡੀਓਜ਼ ਲੈ ਕੇ ਜਲਦੀ ਹੋਵਾਂਗੇ ਹਾਜ਼ਰ, ਤਦ ਤੱਕ ਲਈ ਜਾ ਦਿਓ। ਚੰਗਾ ਜੀ, ਫਿਰ ਸਤਿ ਸ਼੍ਰੀ ਅਕਾਲ।